ਕਿੰਨਾ ਮਿਲ ਰਿਹਾ ਮੇਰਾ ਸੁਪਨਾ ਜੀ ਕਿੱਥੇ ਤੇ ਰਹਿਣਾ ਹੈ 9 ਨੰਬਰ ਗਲੀ 'ਚ 9 ਨੰਬਰ ਗਲੀ ਆਨੰਦ ਨਗਰ ਦੇ ਕੀ ਹੋਇਆ ਤੁਹਾਡੇ ਬਸ ਉੱਥੇ ਪਾਰਟੀ ਸੀ ਬੁਲਾ ਲਿਆ ਬਾਹਰ ਅੰਦਰ ਸੀ ਅਸੀਂ ਜਦੀ ਹੱਥ ਮਾਰਿਆ ਅੰਦਰ ਉਸ ਘਸੀਟ ਕੇ ਮਾਰੇ 6-7 ਜਣੇ ਖਿੱਚ ਪੈ ਰਹੀ ਹੈ ਭਾਈ ਤੁਹਾਡਾ ਬਬਲੂ ਨਾਮ ਬਬਲੂ ਕੀ ਹੋਇਆ ਸੀ ਕਿਹਨੇ ਮਾਰਿਆ ਤੁਹਾਨੂੰ ਮੈਨੂੰ ਇਹਦੇ ਨਾਮ ਤਾਂ ਪਤਾ ਨਹੀਂ ਉਹਨਾਂ ਦੇ 7-8 ਜਣੇ ਸੀਗੇ ਅਤੇ ਮੈਂ ਗੇਟ 'ਤੇ ਅੰਦਰ ਹੀ ਖੜਾ ਸੀਗਾ ਮੈਂ ਦੇਖਿਆ ਮੁੰਡੇ ਬਾਹਰ ਆਏ ਸੀਗੇ ਅਤੇ ਉਹਨਾਂ ਨੇ ਆਵਾਜ਼ ਮਾਰੀ ਮੈਨੂੰ ਆਵਾਜ਼ ਮਾਰ ਕੇ ਬਾਹਰ ਬੁਲਾਇਆ ਇਹਨਾਂ ਨੂੰ ਕਹਿੰਦੇ ਵੀ ਹਾਂ ਬਈ ਤੂੰ ਵੀ ਜਾਣਦਾ ਤੂੰ ਮੈਨੂੰ ਇੰਨੀ ਗੱਲ ਕਹੀ ਫਿਰ ਮੈਨੂੰ ਮਾਰਨ ਲੱਗ ਗਏ ਸਾਰੇ ਇੱਕ ਵਜੇ ਨਹੀਂ ਪਤਾ ਲੱਗਿਆ ਵੀ ਪਹਿਲਾਂ ਸਿਰ 'ਚ ਮਾਰਿਆ ਫਿਰ ਮੈਨੂੰ ਹੋਸ਼ ਨਹੀਂ ਸੀਗਾ ਫਿਰ ਮੈਨੂੰ ਕਿੰਨੇ ਪਤਾ ਹੀ ਨਹੀਂ ਲੱਗਿਆ ਕੀ ਮਾਰਿਆ ਫਿਰ ਚਾਕੂ ਮਾਰਿਆ ਇੰਨਾ ਪਤਾ ਲੱਗਿਆ ਬਾਅਦ 'ਚ ਫਿਰ ਅਤੇ ਸਿਰ 'ਤੇ ਹੀ ਵਾਰ ਕੀਤਾ ਮੇਰੇ ਬੰਦੇ ਪਛਾਣਦੇ ਹੋ ਕੀ ਕੌਣ ਸੀਗੇ ਬੰਦੇ ਇੱਕ ਤਾਂ ਉਹਨੂੰ ਜਾਣਦਾ ਹੀ ਵੈਸੇ ਮੈਂ ਦੇਖੇ ਮੈਂ ਸ਼ਕਲਾਂ ਪਛਾਣ ਲਾਂਗਾ ਜੇ ਖੜੇ ਹੋ ਲੜਾਈ ਕਿਸ ਗੱਲ ਤੋਂ ਹੋਈ ਪਤਾ ਨਹੀਂ ਹੈ ਤਾਂ ਮੈਨੂੰ ਕੋਈ ਮੈਂ ਕੋਈ ਤੁਹਾਨੂੰ ਇਹ ਕਹਾਂਗਾ ਕਿ ਕੋਈ ਗੱਲ ਲੜਾਈ ਝਗੜਾ ਹੈ ਨਹੀਂ ਸੀ ਮਾਮਲਾ ਹੋਇਆ ਕੀ ਮਾਮਲਾ ਕੀ ਹੈ ਹਾਂਜੀ ਸਾਨੂੰ ਰਿੰਦਰਾ ਹਸਪਤਾਲ ਤੋਂ ਇੰਟੀਮੇਸ਼ਨ ਆਈ ਸੀ ਕਿ ਬਬਲੂ ਨਾਂ ਦਾ ਲੜਕਾ ਜਦੋਂ ਲੜਾਈ ਝਗੜਾ ਹੋਣ ਨਾਲ ਇੰਜਰਡ ਹੋ ਕੇ ਦਾਖਲਾ ਰਜਿੰਦਰਾ 'ਚ ਉਹਦਾ ਬਿਆਨ ਲੈ ਕੇ ਅਸੀਂ ਫਰਦਰ ਇਨਵੈਸਟੀਗੇਟ ਕਰਾਂਗੇ FIR ਦਰਜ ਕਰਕੇ ਸਰ ਕਿਸ ਗੱਲ ਦੇ ਬਾਰ ਰਿਹਾ ਕਿ ਕੁਝ ਪਤਾ ਲੱਗਿਆ ਸਰ ਲੜਾਈ ਕਿਸ ਗੱਲ ਨੂੰ ਲੈ ਕੇ ਹੋਈ ਚੁਰੇ ਚਾਰੇ ਦੀ ਉਹਨਾਂ ਦਾ ਕੋਈ ਪੁਰਾਣਾ ਕੋਈ ਵਿਆਹ ਨੂੰ ਲੈ ਕੇ ਕਿਤੇ ਪਹਿਲਾਂ ਲੜਾਈ ਝਗੜਾ ਹੋਇਆ ਸੀ ਮਾੜੀ ਮੋਟੀ ਰੰਜਿਸ਼ ਚੱਲਦੀ ਸੀ ਉਸ ਨੂੰ ਲੈ ਕੇ ਹੋਇਆ ਸਰ ਸੱਟ ਕਿੰਨੀ ਕੁ ਲੱਗੀ ਹੈ ਮੈਡਮ MLR ਦੇ ਮੁਤਾਬਕ 2 ਸੱਟਾਂ ਨੇ ਇੱਕ ਸ਼ਾਰਪ ਇੱਕ ਬਲੰਟ ਜੀ 2 ਸੱਟਾਂ ਲੱਗਣੀਆਂ ਪਈਆਂ ਗਈਆਂ ਤੇ ਕੀ ਬੰਦੀ ਕਾਰਵਾਈ ਕੀਤੀ ਜਾਏਗੀ ਮੈਡਮ ਬਿਆਨ ਹਾਸਲ ਕਰਨ ਗਿਆ ਹੋਇਆ ਸਾਡਾ ASA ਗਿਆਨ ਸਿੰਘ ਜਿਵੇਂ ਵੀ ਉਹ ਬਿਆਨ ਲਿਖਾਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਜਿਵੇਂ ਕਿ ਛੋਟੇ ਛੋਟੇ ਬੱਚੇ ਵੈਪਨ ਰੱਖ ਕੇ ਘੁੰਮ ਰਹੇ ਨੇ ਕੀ ਇਹ ਸਹੀ ਗੱਲ ਹੈ ਬਿਲਕੁਲ ਗਲਤ ਗੱਲ ਹੈ ਜੀ ਕਾਨੂੰਨ ਦੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਪਬਲਿਕ ਨੂੰ ਇਹੀ ਮੈਸੇਜ ਹੈ ਜੀ ਜੋ ਵੀ ਕਾਨੂੰਨ ਦੇ ਖਿਲਾਫ ਜਾਊਗਾ ਉਹਦੇ ਮੁਤਾਬਕ ਕਾਨੂੰਨ ਕਾਰਵਾਈ ਕੀਤੀ ਜਾਊਗੀ ਕੀ ਨਾਮ ਹੈ ਤੁਹਾਡਾ ਮੇਰਾ ਸੁਪਨਾ ਜੀ ਕਿੱਥੇ ਤੇ ਰਹਿਣਾ ਹੈ 9 ਨੰਬਰ ਗਲੀ 'ਚ 9 ਨੰਬਰ ਗਲੀ ਆਨੰਦ ਨਗਰ ਦੇ ਕੀ ਹੋਇਆ ਤੁਹਾਡੇ ਬੇਟੇ ਨਾਲ ਬਸ ਉੱਥੇ ਪਾਰਟੀ ਸੀ ਬੁਲਾ ਲਿਆ ਬਾਹਰ ਅੰਦਰ ਸੀ ਜੀ ਜਦੀ ਹੱਥ ਮਾਰਿਆ ਅੰਦਰ ਉਸ ਘਸੀਟ ਕੇ ਮਾਰੇ 6-7 ਜਣੇ ਕੀ ਨਾਮ ਹੈ ਬਬਲੂ ਪੜ੍ਹਦਾ ਸੀ ਨਹੀਂ ਸਕੂਲ ਨਹੀਂ ਕੰਮ ਕਰਦਾ ਸੀ ਹਾਂ ਫੋਟੋਆਂ ਦਾ ਕੰਮ ਕਰਦਾ ਸੀ ਉਹਦੇ ਘਰ ਹੀ ਸੀ ਮਤਲਬ ਗਿਆ ਨਹੀਂ ਸੀ ਕਿੰਨੇ ਦਿਨ ਸੀ ਕੌਣ ਹੁੰਦੇ ਸੀ ਇਹਨਾਂ ਨੇ ਮਾਰਿਆ ਜਾਣਦੇ ਪਤਾ ਨਹੀਂ ਮੈਂ ਕੱਲ ਵੀ ਲੜਾਈ ਹੋਈ ਸੀ ਕਦੀ ਨਹੀਂ ਮੁੰਡਾ ਮੇਰਾ ਤਾਂ ਆਇਆ ਨਹੀਂ ਨਸੇ ਪੱਤੀ ਵਾਲਾ ਵੀ ਨਹੀਂ ਕਾਰਨ ਕੀ ਰਿਹਾ ਕਰਵਾ ਕੇ ਮਾਰਿਆ ਕਾਰਨ ਹਾਂਜੀ ਕਿਉਂ ਮਾਰਿਆ ਕਰਿਆ ਕਰੇ ਕੁਛ ਨਹੀਂ ਪਤਾ ਪੁੱਛ ਰਹੇ ਸੀ ਕਿ ਮੈਨੂੰ ਜਾਣਦਾ ਇਹ ਕਰ ਮੈਂ ਨਹੀਂ ਪਹਿਚਾਣਦਾ ਜਦੀ ਫੜ ਲਿਆ ਕੀ ਮਾਰਿਆ ਚੱਕੂ ਹੱਥ 'ਚ ਸੀ ਮੇਰੇ ਸਾਹਮਣੇ ਮਾਰਿਆ ਮੈਂ ਇਕੱਲੀ ਸੀ ਕੋਈ ਨਹੀਂ ਕਿਉਂ ਕਿੰਨੇ ਮੁੰਡੇ 11 ਵਜੇ ਰਾਤ ਟਾਈਮ ਸੀ ਕਿੰਨੇ ਮੁੰਡੇ ਆਏ 6-7 ਜਣੇ ਸੀ ਮੋਟਰਸਾਈਕਲ 2 ਲਈ ਰੱਖੇ ਸੀ ਹਾਂਜੀ ਥਾਣੇ ਗਏ ਸੀ ਥਾਣੇ ਵਾਲੇ ਕੋਈ ਨਹੀਂ ਸੁਣਵਾਈ ਕਰ ਰਹੀ ਭੱਜ ਕੇ ਪੈ ਰਹੇ ਹੈਗੇ ਇੱਕ ਮੁੰਡਾ ਅਸੀਂ ਫੜ ਕੇ ਵੀ ਕਰਿਆ ਅੰਦਰ ਉੱਥੇ ਰਾਤ ਨੂੰ ਤੋੜਤਾ ਫਿਰ ਸਵੇਰੇ ਲੈ ਕੇ ਆਇਆ ਆਹ ਤਿੜਕੜੀ ਥਾਣੇ ਦੇ ਕੀ ਕਾਰਵਾਈ ਚਾਹੁੰਦੇ ਹਾਂਜੀ ਕਿੱਦਾਂ ਦੀ ਕਾਰਵਾਈ ਚਾਹੁੰਦੇ ਬਸ ਮੇਰੇ ਮੁੰਡੇ ਨੇ ਸਾਫ਼ ਚਾਹੀਦਾ ਹੋਰ ਕੁਛ ਨਹੀਂ ਚਾਹੀਦਾ ਮੇਰਾ ਮੁੰਡਾ ਇਕੱਲਾ ਇਕੱਲਾ ਮੇਰੇ ਸਿਰ 'ਚ ਕੋਈ ਨਹੀਂ ਹੈਗਾ ਮੈਂ ਪੋਚੇ ਲਾਉਂਦੀ ਘਰਾਂ 'ਚ ਮੈਂ ਬੱਚਾ ਉਬਾਲਿਆ ਛੋਟੇ ਮੇਰੇ ਬੁਰਾ ਹਾਲ ਕੀਤਾ ਮੁੰਡੇ ਨੂੰ ਖਿੱਚ ਕੇ ਕਿੰਨੇ ਦਿਨ ਹੋ ਗਏ ਪਰਸੋਂ ਰਾਤ ਤੱਕ ਕੀਤਾ ਆਪੇ ਤਾਂ ਖੁਦ ਨਹੀਂ ਪਤਾ ਮੈਂ ਪਿੱਛੇ ਹੀ ਕੌਣ ਹੈ ਮੈਂ ਸੋਚਿਆ ਦੋਸਤ ਹੋਣਗੇ ਦੋਸਤ ਕੋਈ ਨਹੀਂ ਸੀ ਮੈਂ ਜਾਣਦੀ ਦੋਸਤ ਲੇਕਿਨ ਇਹ ਦੋਸਤ ਨਹੀਂ ਪੰਡਿਤ ਕਾਸ਼ੀਰਾਮ ਜੀ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ।
मनचाया काम, कारोबार विच रुकावट, वशीकरण करवाना जा तुड़वाना, लव मैरिज किता करवाया, संतान हीनता, सस नूं अते पति पत्नी च अनबन, गुप्त रोग, कोर्ट केस, तलाक करवाना जा ना करवाना, खो चुका प्यार, प्यार विच धोखा, गुप्त रोग तो परेशान, सोतन जा दुश्मन तो छुटकारा, हर समस्या दा घर बैठे समाधान करवाओ, पंडित काशीराम जी, अच्छी फोन करो